ਅਸੀਂ ਜਿਹੜਾ ਹੈਗਾ ਜੀ ਅੱਜ ਰਿਹਰਸਲ ਤੇ ਆਏ ਆ ਮੈਂ ਕਮਿਸ਼ਨਰ ਸਰ ਅਸੀਂ ਨਾਲ ਸਾਰੀ ਰਿਹਰਸਲ ਦਾ ਜਾਇਜ਼ਾ ਲਿੱਤਾ ਹੈ। ਰਿਪਬਲਿਕ ਡੇ ਤੇ ਅਸੀਂ ਸਾਰੇ ਜਿਹੜੇ ਸਾਡੇ ਨਾਗਰਿਕ ਨੇ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗੇ ਕਿ ਸਾਡਾ ਦੇਸ਼ ਇੱਕ ਡੈਮੋਕ੍ਰੇਸੀ ਹੈ। ਇਹ ਜਿਹੜਾ ਰਿਪਬਲਿਕ ਡੇ ਹੈ ਇਹ ਸਾਨੂੰ ਉਸੇ ਡੈਮੋਕ੍ਰੇਸੀ ਨੂੰ ਯਾਦ ਕਰਾਉਂਦਾ ਹੈਗਾ। ਸਾਡੀ ਕੌਂਸਟੀਟਿਊਸ਼ਨ ਦੀ ਅਡੋਪਸ਼ਨ ਨੂੰ ਅਸੀਂ ਸੈਲੀਬ੍ਰੇਟ ਕਰਦੇ ਹੈਗੇ ਹਾਂ ਅਤੇ ਜਿਹੜੇ ਸੰਵਿਧਾਨ ਦੇ ਪ੍ਰਿੰਸੀਪਲ ਨੇ ਉਹਨਾਂ ਨੂੰ ਅਸੀਂ ਸਾਰੇ ਆਪਣੀ ਜ਼ਿੰਦਗੀ ਦਾ ਬਿਨਾਂ ਅੰਗ ਬਣਾ ਲਈਏ। ਜਿੱਥੇ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਉੱਥੇ ਅਸੀਂ ਆਪਣੀ ਡਿਊਟੀਜ਼ ਦਾ ਵੀ ਧਿਆਨ ਰੱਖੀਏ ਅਤੇ ਐਜ਼ ਸਿਟੀਜ਼ਨਸ ਅਸੀਂ ਆਪਣੀ ਡਿਊਟੀਜ਼ ਨੂੰ ਨਿਭਾਉਂਦੇ ਹੋਏ ਕੌਂਸਟੀਟਿਊਸ਼ਨ ਨੂੰ ਮੁੱਖ ਰੱਖਦੇ ਹੋਏ ਆਪਣੇ ਦੇਸ਼ ਦੀ ਸੇਵਾ ਕਰੀਏ। ਇਹੀ ਸਾਡਾ ਸੰਦੇਸ਼ ਹੈ। ਇਸ ਦੇ ਨਾਲ ਹੀ ਨਸ਼ਿਆਂ ਤੋਂ ਜਿਹਨੇ ਪੰਜਾਬ ਨੂੰ ਘੇਰਿਆ ਹੋਇਆ ਉਹਨਾਂ ਤੋਂ ਜਿਹੜੀ ਯੂਥ ਹੈ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਗੁਰੇਜ਼ ਕਰਨ ਲਈ ਮੈਂ ਬੇਨਤੀ ਕਰਾਂਗਾ ਸਾਰੇ ਸਮਾਜ ਨੂੰ ਸਾਰੇ ਨੂੰ।